ਇਹਨਾਂ ਦਾ ਇਹ ਕਹਿਣਾ ਕਿ ਅਸੀਂ ਕੁਛ ਉਹ ਕੋਰਸ ਕਰਵਾ ਰਹੇ ਹਾਂ ਜਿਹੜੇ ਕੋਰਸ ਸਕਿਲਡ ਕੋਰਸ ਜਿਹਨੂੰ ਅਸੀਂ ਕਹਿੰਦੇ ਹਾਂ। ਅਸੀਂ ਲੋਕਾਂ ਵਿੱਚ ਜਾ ਕੇ ਜਿਹੜੇ ਪੰਜਾਬ ਦੇ ਬੱਚਿਆਂ ਨੂੰ ਚਾਹੀਦਾ ਵਾ 28 ਸਰਟੀਫਿਕੇਟ ਕੋਰਸਿਸ ਸ਼ੁਰੂ ਕੀਤੇ ਹੈ ਜਿਨ੍ਹਾਂ ਦੇ ਕਰਨ ਤੋਂ ਬਾਅਦ ਜਾਂ ਤਾਂ ਬੱਚਾ ਖੁਦ ਨੌਕਰੀ ਯੋਗਾ ਹੋ ਜਾਂਦਾ ਵਾ ਜਾਂ ਨੌਕਰੀ ਦੇਣ ਯੋਗਾ ਹੋ ਜਾਂਦਾ ਵਾ। ਬਾਕੀ ਯੂਨੀਵਰਸਿਟੀ ਰਵਾਇਤੀ ਰੈਗੂਲਰ ਸਟੂਡੈਂਟ ਡਿਸਟੈਂਸ ਐਜੂਕੇਸ਼ਨ ਦੇ ਸਟੂਡੈਂਟ ਉਹਨਾਂ ਨਾਲੋਂ ਤੁਹਾਡੀ ਫੀਸ ਸਟਰਕਚਰ ਕਿਸ ਤਰ੍ਹਾਂ? ਜਿੰਨੀ ਬਾਕੀ ਯੂਨੀਵਰਸਿਟੀ ਲੈ ਰਹੇ ਹਾਂ ਉਹ 30 ਫੀਸਦੀ ਸਾਡੀ ਫੀਸ ਘੱਟ ਹੈ। ਸਾਡੇ ਮੋਟਿਵ 4 ਹੈ, ਇੱਕ ਸਕਿੱਲ ਓਰੀਐਂਟੇਸ਼ਨ ਕਰਨੀ, ਦੂਜਾ ਇੰਪਲਾਈਬਿਲਟੀ ਕਰਨੀ, ਤੀਜਾ ਬੱਚੇ ਦੀ ਐਥਿਕਸ ਵੈਲਿਊ ਬੜੀ ਘੱਟ ਗਈਆਂ ਵਾ, ਜਿਹੜੀ ਵਿਜ਼ਡਮ ਹੈ ਉਹਨੂੰ ਆਪਾਂ ਤਾਂ ਚੱਕ ਰਹੇ ਹਾਂ, ਔਰ ਚੌਥੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਪੈਸੇ ਦੀ ਅਫੋਰਡੇਬਿਲਟੀ ਬਾਰੇ। ਪ੍ਰੋਗਰਾਮ ਖਾਸ ਮੁਲਾਕਾਤ ਵੇਖੋ ਐਤਵਾਰ ਦੁਪਹਿਰ 3:30 ਵਜੇ ਅਤੇ ਰਿਪੀਟ ਟੈਲੀਕਾਸਟ ਵੀਰਵਾਰ ਦੁਪਹਿਰ 2 ਵਜੇ ਸਿਰਫ ਚੜ੍ਹਦੀ ਕਲਾ ਟਾਈਮ ਟੀਵੀ 'ਤੇ।